ਮੈਂ ਅਗਰ 50,000 ਕੋਤਰਵਾਲ ਨੂੰ ਮਿਲਿਆ ਨਾ ਤੇ ਕਹਿ ਲਓ ਕਿ 99% ਲੋਕ ਇਸ ਤਰ੍ਹਾਂ ਹੱਡੀ ਦੇਖਦੇ ਨੇ, ਇਸ ਤਰ੍ਹਾਂ ਹੱਡੀ ਦੀ ਤੁਹਾਨੂੰ ਸ਼ੇਪ ਦੀ ਸਮਝ ਨਹੀਂ ਲੱਗਦੀ, ਹੱਡੀ ਦੇਖਣੀ ਚਾਹੀਦੀ ਹੈ। ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁਹ ਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦੇ ਸਭ ਠੀਕ ਠਾਕ ਹੋਣਗੇ। ਅੱਲਾਹ ਤਾਲਾ ਸਭ ਨੂੰ ਆਪਣੇ ਜ਼ਿਮਾਂ 'ਚ ਰੱਖੇ ਤੇ ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋਏ ਹਾਂ। ਗਰਮੀ ਵੀ ਬੜੀ ਸੀ, ਕੁਛ ਮੁਸ਼ਕਿਲ ਬੜੀ ਜ਼ਿਆਦਾ ਰਹੀ ਹੈ ਦੋਸਤੋ, ਜਦੋਂ ਕੋਈ ਟਾਈਮ ਨਹੀਂ ਮਿਲ ਰਿਹਾ। ਹਾਲਾਂਕਿ ਦੋਸਤ ਡੇਲੀ ਦੂਸਰੇ ਦਿਨ ਕੋਈ ਨਾ ਕੋਈ ਦੋਸਤ ਬਾਅਦ ਲਾਹੌਰੋਂ ਬਾਅਦ ਕਬੂਤਰ ਲੈ ਕੇ ਆਉਂਦੇ ਦਿਖਾਉਣ ਨੂੰ, ਲੇਕਿਨ ਉਸ ਪਾਸੇ ਲਾਈਵ ਵੀਡੀਓ ਨਹੀਂ ਚਲਾ ਸਕੇ ਤੇ ਹੈਗਾ ਕਿ ਅੱਜ ਕੋਈ ਦੋਸਤ ਲਾਹੌਰ ਤੋਂ ਕਬੂਤਰ ਲੈ ਕੇ ਆਏ ਸੀ। ਫਿਰ ਲਾਈਵ ਵੀਡੀਓ ਵੀ ਬਣਾਉਂਦੇ ਹਾਂ ਅਤੇ ਨਾਲੇ ਦੋਸਤਾਂ ਨਾਲ ਤਾਰਾ ਵੀ ਕਰਾਉਂਦੇ ਹਾਂ, ਨਾਲੇ ਤੁਹਾਨੂੰ ਸ਼ੋਅ ਵੀ ਕਰਾਉਂਦੇ ਹਾਂ। ਅਸਲਾਮ ਵਾਲੇਕੁਮ, ਕੀ ਹਾਲ ਹੈ, ਕੀ ਨਾਮ ਹੈ ਤੁਹਾਡਾ, ਕਿਹੜੀ ਤੁਸੀਂ ਲੈ ਆਇਓ? ਚਾਇਨਾ ਸਕੀਮ, ਠੀਕ ਹੈ। ਦੋਸਤ ਦੇ ਨਾਲ ਤੁਹਾਡਾ ਕੀ ਨਾਮ ਹੈ ਜਨਾਬ? ਸੀਵੀ ਲੈ। ਇੱਕ ਭਾਈ ਹੋਰੀ ਆਏ ਨੇ, ਅਜ਼ੀਮ ਸਾਹਿਬ, ਯਾਸਰ ਮੂਸ ਸਾਹਿਬ, ਇਹ ਸਾਡੇ ਹਰ ਦਿਲ ਅਜ਼ੀਜ਼ ਉਸਤਾਦ ਇਰਫਾਨ ਮਾਨਾ ਜੰਝਾ ਵਾਲੇ ਬੈਠੇ ਨੇ ਜੀ। ਵਾਲੇਕੁਮ ਸਲਾਮ ਸਾਹ ਜੀ, ਆਓਗੇ ਜਰਾ ਇੱਕ ਮਿੰਟ ਕੇ, ਇਹ ਭਾਈ ਨੂੰ ਫੜਾ ਦਿੰਦੇ ਹਾਂ। ਮਲਿਕ ਸਾਹਿਬ ਆਏ ਨੇ, ਮਲਿਕ ਮੁਸ਼ੀ ਸਾਹਿਬ, ਮਲਿਕ ਸਾਹਿਬ ਕੀ ਹਾਲ ਹੈ, ਠੀਕ ਹੋ ਜਨਾਬ? ਸਿਹਤ ਵੀ ਠੀਕ ਹੈ। ਪਿਛਲੇ ਦੋਸਤ ਜ਼ਫਰ ਵੱਲੋਂ ਵੀ ਕਬੂਤਰ ਲੈ ਕੇ ਆਏ ਸਨ ਹੋਰ ਵੀ ਇੱਕ ਦੋ ਸ਼ਹਿਰਾਂ 'ਚੋਂ, ਲੇਕਿਨ ਉਹ ਇਤਫਾਕ ਇਹ ਹੋਇਆ ਕਿ ਉਹ ਕੋਈ ਲੜਕਾ ਨਹੀਂ ਸੀਗਾ ਨਾਲ ਲਾਈਵ ਵੀਡੀਓ ਬਣਾਉਣ ਵਾਲਾ, ਤਾਂ ਸੇਠ ਵਾਲਾ ਪਰ ਹੈਗਾ ਇਸ ਬੱਚੇ 'ਚ। ਭਾਈ ਨੂੰ ਮੈਂ ਦੇਖ ਕੇ ਕਿ ਯਾਰ ਜਿਹੜਾ ਬੱਚਾ ਉੱਡਣ ਛੱਡਣ ਲਈ ਹੈ ਅਤੇ ਸੇਠ ਵਾਲਾ ਪਰ ਉਹਨੂੰ ਤਸਦੀਕ ਵੀ ਕੀਤੀ ਗਈ ਮਾਂ ਸੇਠ ਵਾਲੀ ਹੈ, ਬਾਕੀ ਪਿੰਡ ਵੀ ਆਉਂਦੇ ਨੇ ਸਾਨੂੰ ਚੁੱਪ ਕਰਾਉਣੀ। ਵਧੀਆ ਲੱਗ ਰਹੀ ਹੈ, ਅੱਛਾ ਡਬਲ ਹੈਗਾ, ਚਲ ਦਰਮਿਆਨਾ ਵੀ ਠੀਕ ਆ। ਨਾਲੇ ਡੈਡੀ ਕਮਜ਼ੋਰ ਹੋਇਆ, ਪਰਾਂ ਦਾ ਤਾਂ ਬਹੁਤ ਅੱਛਾ, ਪਰਤੀ ਦੀ ਬਹੁਤ ਵਧੀਆ ਜੀ, ਜਿਸ ਤਰ੍ਹਾਂ ਕਮਜ਼ੋਰ ਹੋਇਆ। ਬਿਹਤਰ ਹੈਗਾ ਇਹਦਾ, ਇੱਕ ਵਾਰ ਕੱਢ ਦਿੰਦੇ ਜਿਹੜਾ ਸੁਪਰ ਆਏਗਾ ਤੁਹਾਨੂੰ ਸੁਪਰ ਆਏਗਾ। ਇਹ ਪੁੱਠੀ ਹੈ ਜੋ ਸੀ ਸਿਆਲਕੋਟ ਕਹਿੰਦੇ ਉੱਡਣ ਡਾਉਣ ਵਾਲੀ ਹੈ, ਇਸ ਲਈ ਨੋਰਮਲ ਹੀ ਹੈਗਾ, ਜਿੰਨਾ ਵੀ ਬਹੁਤ ਸੁਪਰ ਨਹੀਂ ਹੈਗਾ, ਨੋਰਮਲ ਬਿਹਤਰ ਹੈਗਾ। ਚੀਨਾ ਨਾਲ ਜੋੜੀ ਬੜਾ ਸਪੈਸ਼ਲ ਕਬੂਤਰ ਹੋਣਾ ਚਾਹੀਦਾ, ਇਹਦੇ ਪਰਾਂ ਦਾ ਵੀ ਖਰਾਬੀ, ਜਿਸਮ ਦੀ ਖਰਾਬੀ ਹੈ, ਸਹਿਜ ਵੀ ਹੈ ਤੇ ਬੜੀ ਮਿਹਨਤ ਨਾਲ ਬੱਚੇ ਪਲਦੇ ਨੇ, ਫਿਰ ਪਲ ਕੇ ਅੱਛੇ ਨਾਲ ਨਿਕਲਣ ਦੇ ਮੌਕਾ ਮਿਲਦਾ। ਜੋੜੇ 2-4 ਉਹ ਨੱਚੀ ਹੋਣੇ ਚਾਹੀਦੇ। ਸੂਰੀ ਮਾਦੀ ਹੈ, ਰੰਗ ਲੱਗਿਆ ਫੜੀ ਜੇ ਕਿ ਬਹੁਤ ਖਰੀ, ਹਾਲਾਂਕਿ ਬਦਲ ਨਹੀਂ ਰੱਖਿਆ ਲੇਕਿਨ ਪਰ ਵੀ ਮੇਰਾ ਫੇਵਰੇਟ ਆ ਗਿਆ ਸਾਹ ਜੀ। ਦੇਖੋ ਪਰੇ ਦਾ ਜਿਹੜੇ ਪਰ ਮੈਂ ਪਸੰਦ ਕਰਨਾ, ਉਹੀ ਪਰ ਆ ਗਏ ਨੇ ਔਰ ਦੋਵੇਂ ਵੀ ਬੜੀ ਸ਼ਾਨਦਾਰ ਹੈ। ਸਭ ਤੋਂ ਅੱਛੀ ਜਿੰਨੇ ਤੁਸੀਂ ਦਿਖਾਏ ਨਾ ਪਰਿੰਦੇ ਹਾਲੇ ਤੱਕ, ਸਭ ਤੋਂ ਅੱਛੀ ਹੈ ਮਾਦੀ ਹੈ ਜੀ, ਬਹੁਤ ਖਰੀ ਮਾਦੀ।
ਉੱਪਰ ਮਰਦੀ ਹੈ ਜੀ, ਫਿਰ ਨਿਸ਼ਾਨੀ ਵੀ ਲਾਤੀ ਹੈ, ਦੋ ਬੜਾ ਨਿਸ਼ਾਨੀ ਲਾ ਕੇ ਆਇਆ ਤਿੰਨ ਬੜਾ ਦੀ, ਬਹੁਤ ਵਧੀਆ ਜੀ, ਵੈਰੀ ਗੁੱਡ, ਬਹੁਤ ਖਰਾ ਨਾਰਾ ਹੈ, ਸੁਪਰ ਨਾਰਾ, ਜਿਸ ਤਰ੍ਹਾਂ ਮਰਦੀ ਆਈ ਨਾ ਟੈਡੀ ਲਾ ਲੱਖ ਦੀ, ਉਸੇ ਤਰ੍ਹਾਂ ਟੈਡੀ ਕਬੂਤਰ ਆਇਆ, ਥੈਂਕ ਯੂ ਲਿਆ ਜੀ। ਅੱਛਾ ਅੱਛਾ, ਬਹੁਤ ਖਰਾ ਕਬੂਤਰ ਹੈ, ਚੋਰੀ ਸਾਹਿਬ ਵਾਲੇ ਕਬੂਤਰਾਂ ਜੀ, ਲੇਕਿਨ ਏਡਾ ਅੱਛੇ ਕਬੂਤਰ ਨਹੀਂ ਨਜ਼ਰ ਆਉਂਦੇ ਟੈਡੀ, ਬਹੁਤ ਲਾਜਵਾਬ ਕਬੂਤਰ ਹੈ, ਇਹਦਾ ਵੀ ਕੁੰਦਾ ਦੇਖ ਲਓ, ਬਦਲ ਨਹੀਂ ਲੈਦਾ, ਅੱਛਾ ਆਇਆ, ਮਜ਼ਾ ਆ ਗਿਆ ਦੇਖ ਕੇ ਜੀ, ਸਾਰੀ ਸ਼ੋਕ ਕਰੋ ਤੁਸੀਂ ਟੈਡੀਆਂ ਦੇ ਸ਼ੌਕੀਨ ਜੇ, ਇਹ ਕਬੂਤਰ ਦਾ ਸ਼ੋਕ ਕਰੋ, ਕੈਮਰਾ ਦਾ ਮੈਨੂੰ ਦਿਖਾਓ, ਸੁਪਰ ਕਲਾਸ ਕਬੂਤਰ ਜੇ, ਬੜੀ ਦੇਰ ਬਾਅਦ ਕੋਈ ਟੈਡੀ ਇਸ ਤਰ੍ਹਾਂ ਦਾ ਮੇਰੇ, ਅੱਛਾ ਆਇਆ, ਮਜ਼ਾ ਆਇਆ ਜਿਹਦਾ, ਲਓ ਜੀ ਬਹੁਤ ਵਧੀਆ, ਲੋ ਜੀ ਸਾਹ ਜੀ ਆਪਣਾ, ਯਾਰ ਦਰਮਿਆਨੀ ਕਬੂਤਰੀ ਗੁਜ਼ਾਰਾ ਕਰਨ ਵਾਲੀ ਹੈ, ਪਾਲੀ ਦੋਸਤਾਂ ਨੂੰ ਮੈਂ ਦੱਸਦਾ ਚਲਾ, ਹਾਲਾਂਕਿ ਫਿਰੋਜ਼ਪੁਰੀ ਕਬੂਤਰੀ ਹੈ, ਦੇਖੋ ਅੱਖ ਉੱਖ ਦੀ ਬੜੀ ਅੱਛੀ ਹੈ, ਅਤੇ ਜਿਹੜਾ ਪਾਲ ਲੈ ਨਾ ਇੱਧਰ ਮੈਡੀ ਦੇ ਸਾਰੀ ਕੈਮਰੇ ਕਰੋ, ਹੱਡੀ ਜੋੜ ਖਤਮ ਹੋਇਆ, ਹੱਡੀ ਉਹ ਜੋੜ ਨੇ ਦੋ ਉਂਗਲਾਂ ਵਿੱਚ ਆ ਰਹੀਆਂ, ਇਹ ਤਾਕਤਵਰ ਕਬੂਤਰ ਦੀ ਨਿਸ਼ਾਨੀ ਨਹੀਂ, ਇੱਕ ਉਂਗਲ ਦਾ ਫਾਸਲਾ ਵਿੱਚ ਨਹੀਂ ਹੁੰਦਾ, ਇਹ ਜਿਹੜਾ ਹੱਡੀ ਵਾਲੀ ਜੋੜ ਦੋ ਉਂਗਲਾਂ ਦਾ ਫਾਸਲਾ ਆ ਰਿਹਾ, ਦਰਮਿਆਨੀ ਹੈ, ਯਾਨੀ ਗੁਜ਼ਾਰਾ ਕਰਨ ਵਾਲੀ, ਠੰਡੇ ਠੁੰਡੇ 'ਚ ਬੱਚੇ ਬੱਚੇ ਉਡਾਏਗੀ, ਗੁਆਏਗੀ ਨਹੀਂ ਬੱਚੇ, ਅਤੇ ਬੁਰਾ ਅਤੇ ਆਪਸ਼ਨ 'ਚ ਹੈਗੀ ਹੈ, ਦਿਲ ਕਰੇਗਾ ਤਾਂ ਰੱਖ ਲੈਣਾ, ਦਿਲ ਕਰੇਗਾ ਤਾਂ ਕੱਢ ਲੈਣਾ, ਕੱਢ ਗਿਆ ਆਪਣੀ ਚੋਇਸ, ਉਹ ਬਹੁਤ ਖਰਾ, ਬਹੁਤ ਉਸਦੀ ਕਲਾਸ ਹੈ, ਉਹਦੇ ਵੀ ਟਿੱਚੂ ਨਾਲ ਬਣਾਉਣ ਵਾਲਾ ਵੀ ਹਟਾਉਣ ਵਾਲਾ ਵੀ ਅੱਛਾ, ਨਿਸ਼ਾਨੀ ਲਾ ਲਓ, ਆਹੋ ਨਿਸ਼ਾਨੀ, ਜੀਰੀ ਕਬੂਤਰੀ ਹੈ, ਮਿੰਡਾ ਉਹਨਾਂ ਜੀ, ਅੱਜ ਕਾਫੀ ਦਿਨਾਂ ਤੋਂ ਬਾਅਦ ਲਾਈਵ ਵੀਡੀਓ ਬਣ ਰਹੀ ਜੀ, ਅਸੀਂ ਨਾ ਬਿਜ਼ੀ ਦੂਸਰੇ ਦੋਸਤ ਆਉਂਦੇ ਜੀ, ਲੇਕਿਨ ਪਾ ਜਾਣ ਲੱਗਾ ਜੀ, ਤਾਂ ਸਟਾਰ ਰਿਕੋਰਡ ਨੇ, ਵੀਡੀਓ ਬਣਾਉਣ ਵਾਲੇ ਲੱਭ ਗਈ, ਹਾਂ ਵੈਸੇ ਗਰਮੀ ਵੀ ਬੜੀ ਹੈ, ਸੁਰਖੀ ਮਾਦੀ ਹੈ ਜੀ, ਅੱਖਾਂ ਬੜੀਆਂ ਖੂਬਸੂਰਤ ਨੇ, ਪਰ ਠੀਕ ਹੈਗੀ ਹੈ, ਗੁਜ਼ਾਰਾ ਕਰਨ ਵਾਲੀ ਹੈ, ਖੂਬਸੂਰਤ ਕਬੂਤਰ ਹੈ, ਲੱਗਦਾ ਬੱਚੇ ਪਾ ਰਿਹਾ, ਕੰਮ ਕਰੇਗਾ, ਕੈਂਜੀ ਕਿੱਥੇ ਗਈ ਜੀ, ਕੈਂਜੀ ਉੱਥੇ ਮੈਂ ਛੱਤ ਤੇ ਭੁੱਲ ਗਿਆ, ਮੈਂ ਉੱਥੇ ਜਾਣਾ ਪੈਣਾ, ਟਾਈਮ ਥੋੜ੍ਹਾ ਜਿਹਾ, ਚਲੋ ਕੈਂਜੀ ਕੰਮ ਚਲਾ ਗਈ, ਕੋਈ ਗੱਲ ਨਹੀਂ, ਕਈ ਬਿਲਕੁਲ ਵੱਡੀ ਫਲੈਟ ਹੈ, ਗੋਲਡਨ ਵਾਦੀ, ਵੈਸੇ ਦੁਮ ਦੀ ਗੱਡੀ ਕੋਈ ਮਜ਼ੇਦਾਰ ਨਹੀਂ ਹੈਗੀ, ਦੇਖੋ ਦੁਨੀਆ ਦੀ ਔਰ ਬੜੀ ਕਬੂਤਰਬਾਜ਼ੀ ਦੇ ਵਿੱਚ ਲੋਕ ਦੇਖਦੇ ਨੇ ਇਸ ਤਰ੍ਹਾਂ ਹੱਡੀ, ਮੈਂ ਅਗਰ 50,000 ਕਬੂਤਰਬਾਜ਼ ਨੂੰ ਮਿਲਿਆ ਨਾ
ਤੇ ਕਹਿ ਲਓ ਕਿ 99% ਲੋਕ ਇਸ ਤਰ੍ਹਾਂ ਹੱਡੀ ਦੇਖਦੇ ਨੇ, ਇਸ ਤਰ੍ਹਾਂ ਹੱਡੀ ਦੀ ਤੁਹਾਨੂੰ ਸ਼ੇਪ ਦੀ ਸਮਝ ਨਹੀਂ ਲੱਗਦੀ ਜੀ। ਹੱਡੀ ਦੇਖਣੀ ਚਾਹੀਦੀ ਆ ਪਿੱਛੋਂ, ਦੇਖੋ ਜਿੱਥੇ ਮੈਂ ਹੱਥ ਲੱਗਦਾ ਫਿਰ ਇੱਥੇ ਨੋਕ ਬਣਦੀ ਹੈ ਨਾ, ਇਸ ਸਕੂਟਰ ਦੇ ਰਾਹ ਲਈ ਤੁਸੀਂ ਖੋਲ ਦਿੱਤਾ ਬੜੀ ਇੱਕ ਸ਼ਰਦੀ ਆ ਗੱਲ ਕਰਨਾ ਅੱਲਾ ਦੇ ਫਜ਼ਲ ਦੇ ਨਾਲ ਅਜ਼ਮਾਲਨ ਸਾਰੇ ਕੁਦਰਤ ਪੂਰੀ ਦੁਨੀਆ ਦੇ ਕੁਦਰਤ ਅਜ਼ਮਾਲਨ ਜਦੋਂ ਇੱਥੋਂ ਤੁਸੀਂ ਹੱਥ ਲਾਓਗੇ ਨਾ ਜਿਹੜੀ ਮੈਂ ਚਾਰ ਤਰ੍ਹਾਂ ਦੀ ਹੱਡੀ ਕਹਿੰਦਾ ਤੁਹਾਨੂੰ ਚਾਰੇ ਤਰ੍ਹਾਂ ਦੀ ਹੱਡੀ ਮਿਲੇਗੀ ਸਹੀ। ਔਰ ਅੱਲਾ ਦੇ ਫਜ਼ਲ ਨਾਲ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਮੈਦਾਨ 'ਚ ਜਾ ਕੇ ਦੇਖ ਲਓ ਜਦੋਂ ਇੱਥੋਂ ਦੇਖੋਗੇ ਨਾ ਇੱਥੇ ਤੁਹਾਨੂੰ ਉਦੋਂ ਪਤਾ ਚੱਲੇਗਾ ਕਿ ਵਾਕਈ ਚਾਰ ਤਾਂ ਜੀ ਗੱਲ ਹੈਗੀ ਦੱਸਣਾ ਤੁਸੀਂ ਸਿੱਖਣਾ ਲੋਕਾਂ ਨੇ ਆਪਣੀ ਮਿਹਨਤ ਨਾਲ ਸਿੱਖਣਾ ਪਰਿੰਦੇ ਫੜ ਫੜ ਕੇ ਵੇਖ ਇੱਥੋਂ ਤੁਸੀਂ ਜਦੋਂ ਹੱਥ ਲਾਓਗੇ ਤੁਹਾਨੂੰ ਪਤਾ ਚੱਲੇਗਾ ਉਹ ਜਿਹੜਾ ਦੇਖਣ ਵਾਲਾ ਸਿਸਟਮ ਹੁੰਦਾ ਬੰਦੇ ਦਾ ਹੱਥ ਦਾ ਉਹਨੇ ਹੱਥ ਆਈਏ ਤਾਂ ਬਿਲਕੁਲ ਚੁੰਝ ਬਣ ਗਿਆ ਦੇਖੋ ਇੱਥੋਂ ਗੋਲ ਹੋਣੀ ਚਾਹੀਦੀ ਇੱਥੋਂ ਗੋਲ ਹੋਣੀ